ਸਤਿ ਸ੍ਰੀ ਅਕਾਲ ਜੀ, ਮੈਂ ਗੁਰਿੰਦਰ ਸਿੰਘ ਕੋਟਕਪੂਰਾ। ਅੱਜ 4 ਜੂਨ ਦਿਨ ਮੰਗਲਵਾਰ ਸਵੇਰ ਦੇ ਕਰੀਬ 7 ਵਜੇ ਮਿਊਂਸਪਲ ਪਾਰਕ ਕੋਟਕਪੂਰਾ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ, ਗੁੱਡ ਮੋਰਨਿੰਗ ਵੈਲਫੇਅਰ ਕਲੱਬ ਦੀ ਪਰੰਪਰਾ ਅਨੁਸਾਰ ਜਿਸ ਵੀ ਘਰ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਖੁਸ਼ੀ ਆਉਂਦੀ ਹੈ, ਭਾਵੇਂ ਹੈਪੀ ਬਰਥਡੇ, ਭਾਵੇਂ ਮੈਰਿਜ ਐਨਵਰਸਰੀ ਅਤੇ ਭਾਵੇਂ ਕੋਈ ਹੋਰ, ਉਸ ਦਿਨ ਇੱਥੇ ਮਿਠਾਈਆਂ ਲਿਆ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਅੱਜ ਕੀ ਖੁਸ਼ੀ ਆਈ ਹੈ? ਲਓ ਜੀ, ਧੰਨਵਾਦ ਤਿੰਗੜਾ ਜੀ। ਅੱਜ ਵਾਲੀ ਖੁਸ਼ੀ ਹੈ ਜੀ, ਉੱਘੇ ਸਮਾਜ ਸੇਵੀ ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਦੇ ਸੰਸਥਾਪਕ ਮਾਸਟਰ ਸੋਮਨਾਥ ਅਰੋੜਾ ਜੀ ਦੇ ਪੋਤੇ ਅਨਿਰੁੱਧ ਅਰੋੜਾ ਦਾ ਹੈਪੀ ਬਰਥਡੇ। ਉਸ ਹੈਪੀ ਬਰਥਡੇ ਦੀ ਖੁਸ਼ੀ 'ਚ ਆਹ ਦੇਖੋ ਜੀ, ਨੀਟੀ ਜੀ ਮਿਠਾਈਆਂ ਦਿਖਾ ਰਹੇ ਨੇ, ਗੁਲਾਟੀ ਜੀ ਸ਼ਕਰਪਾਰੇ ਅਤੇ ਬਾਗੀ ਜੀ ਨਮਕੀਨ। ਮਾਸਟਰ ਜੀ ਦੇ ਪੋਤੇ ਦਾ ਪਰਸੋਂ ਐਤਵਾਰ 2 ਜੂਨ ਨੂੰ ਹੈਪੀ ਬਰਥਡੇ ਸੀ, ਪਰ ਇਹਨਾਂ ਨੇ ਗੈਰ ਹਾਜ਼ਰੀ ਕਰਕੇ ਅੱਜ ਸੈਲੀਬ੍ਰੇਟ ਕਰਨ ਦਾ ਕਿਹਾ। ਅਨਿਰੁੱਧ ਅਰੋੜਾ ਪੁੱਤਰ ਸੰਦੀਪ ਅਰੋੜਾ, ਮਾਸਟਰ ਸੋਮਨਾਥ ਜੀ ਦੇ ਸਮੁੱਚੇ ਪਰਿਵਾਰ ਦੀਆਂ, ਅਨਿਰੁੱਧ ਅਰੋੜਾ ਸਮੇਤ ਸਮੁੱਚੇ ਪਰਿਵਾਰ ਦੇ ਚੰਗੇਰੇ ਭਵਿੱਖ ਦੀਆਂ ਸਦਾ ਤੰਦਰੁਸਤੀ ਦੀਆਂ ਸ਼ੁਭ ਕਾਮਨਾਵਾਂ ਅਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ। ਮੈਂ ਬੇਨਤੀ ਕਰਾਂ ਨੀਟੀ ਨੂੰ, ਨੀਟੀ ਗੋਇਲ ਜੀ ਮੂੰਹ ਮਿੱਠਾ ਕਰਾਉਣਗੇ ਮਾਸਟਰ ਜੀ ਦਾ, ਅਤੇ ਗੁਲਾਟੀ ਸਾਹਿਬ ਇਹ ਲਓ ਜੀ ਮਾਰ ਦਿਓ ਤਾੜੀਆਂ ਬਾਈ। ਲਓ ਜੀ, ਬਹੁਤ ਬਹੁਤ ਧੰਨਵਾਦ। ਹੁਣ ਆਪਾਂ ਸਾਹਿਤਕ ਮਹਿਫਲ ਵਾਲੇ ਪਾਸੇ ਮੇਹਰ ਮਿੱਤਲ ਜੀ ਤੋਂ ਸ਼ੁਰੂ ਕੀਤਾ ਜਾਣਾ। ਸਾਡੇ ਮੇਹਰ ਮਿੱਤਲ ਇਸ ਮਹਿਫਲ ਦੀ ਆਣ ਬਾਣ ਅਤੇ ਸ਼ਾਨ ਡਾਕਟਰ ਦੇਵਰਾਜ ਮੋਗੇ ਵਾਲੇ। ਹਾਂਜੀ, ਅੱਜ ਇਸ ਖੁਸ਼ੀ ਦੇ ਮੌਕੇ 'ਤੇ ਤੁਹਾਨੂੰ ਛੋਟਾ ਜਿਹਾ ਚੁਟਕਲਾ ਸੁਣਾਉਣ ਲੱਗਾ। ਮੈਡਮ ਇੱਕ ਬੱਚੇ ਨੂੰ ਪੁੱਛਦੀ, ਤੂੰ ਕਿੱਥੇ ਜੰਮਿਆ ਸੀ? ਕਹਿੰਦਾ ਮੈਂ ਤ੍ਰਿਵੇਂਦਰਮ 'ਚ ਜੰਮਿਆ ਸੀ। ਕਹਿੰਦਾ ਤ੍ਰਿਵੇਂਦਰਮ ਦੇ ਸਪੈਲਿੰਗ ਦੱਸ? ਕਹਿੰਦਾ ਨਹੀਂ, ਗੋਆ ਜੰਮਿਆ ਸੀ ਕਹਿੰਦਾ। ਹਾਂਜੀ, ਪਿਆਸਾ ਜੀ, ਗੁਪਤਾ ਜੀ, ਪ੍ਰੋਫੈਸਰ ਪਦਮ ਜੀ, ਅਮਨ ਘੋਲੀਆ ਜੀ, ਰਾਜਾ ਠੇਕੇਦਾਰ ਜੀ, ਨਿਸ਼ਾਨ ਜੀ, ਇਨਸਾਨ ਭਾਵਾਂ ਦੁਨੀਆਂ ਦਾ ਰਾਜਾ ਬਣ ਜਾਏ, ਮਹਾਰਾਜਾ ਬਣ ਜਾਏ, ਪਰ ਜਾਂਦੀ ਵਾਰੀ ਖਾਲੀ ਹੱਥ ਜਾਂਦਾ, ਪਰ ਬ੍ਰਹਮ ਗਿਆਨੀ ਆਪਣੇ ਨਾਲ ਪਰਮਾਤਮਾ ਨੂੰ ਲੈ ਕੇ ਜਾਂਦਾ। ਵਾਹ ਜੀ ਵਾਹ, ਵਾਹ ਜੀ ਵਾਹ। ਸੁਰਿੰਦਰ ਜੀ, 4 ਦਿਨ ਗਾਇਬ ਹੋ ਕਰ ਦੇਖ ਲਓ, ਲੋਕ ਆਪਕਾ ਨਾਮ ਤੱਕ ਭੁੱਲ ਜਾਏਗੇ। ਇਨਸਾਨ ਸਾਰੀ ਜ਼ਿੰਦਗੀ ਇਸ ਧੋਖੇ ਮੇਂ ਰਹਿਤਾ ਹੈ ਕਿ ਵਹਿ ਦੂਸਰੋ ਕੇ ਲਈ ਅਹਿਮ ਹੈ, ਲੇਕਿਨ ਹਕੀਕਤ ਇਹ ਹੈ ਕਿ ਆਪਕੇ ਹੋਣੇ ਔਰ ਨਾ ਹੋਣੇ ਸੇ ਕਿਸੇ ਕੋ ਕੋਈ ਫਰਕ ਨਹੀਂ ਪੜਤਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ। ਹਾਂਜੀ ਬੱਬੂ ਜੀ, ਸਬਰ ਔਰ ਸਹਿਨਸ਼ੀਲਤਾ ਕੋਈ ਕਮਜ਼ੋਰੀਆਂ ਨਹੀਂ ਹੋਤੀ, ਇਹ ਵੋ ਤਾਕਤ ਹੈ ਜੋ ਸਭ ਮੇਂ ਨਹੀਂ ਹੋਤੀ। ਆਏ ਹਾਏ ਹਾਏ, ਢਿੰਗੜਾ ਜੀ, ਬਿੱਟਾ ਜੀ, ਟੋਨੀ ਭਾਅ ਜੀ, ਪਤਾਲਾਂ ਪਤਾਲ ਲੱਖ ਅਗਾਸਾਂ ਅਗਾਸ ਉੜਕ ਉੜਕ ਭਾਲ ਥੱਕੇ ਵੇਰ ਕਹਿਣ ਇੱਕ ਵਾਰ ਸਹਿ ਸਠਾਰਾਂ ਕਹਿਣ ਕਿਤੇ ਬਾਣਾ ਸੂ ਇੱਕ ਤਾਲ, ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣ। ਹਾਂਜੀ ਗੁੰਦਾ ਜੀ, ਹਰਵਿੰਦਰ ਅਰੋੜਾ ਜੀ, ਹਾਂਜੀ ਬਲਵੀਰ ਜੀ, ਮਾਸਟਰ ਜੀ, ਟੋਨੀ ਜੀ, ਦੁੱਧ ਧੋਤਾ ਨਹੀਂ ਕੋਈ ਜਹਾਨ ਅੰਦਰ ਜੀ, ਹਰ ਬੰਦੇ ਵਿੱਚ ਐਬ ਜ਼ਰੂਰ ਹੁੰਦਾ ਜੀ, ਪੈਸਾ ਨੱਪ ਲੈਂਦਾ ਸਭ ਖਾਮੀਆਂ ਨੂੰ ਜੀ, ਪੈਸੇ ਨਾਲ ਹੀ ਬੰਦਾ ਮਸ਼ਹੂਰ ਹੁੰਦਾ। ਸੁਪਰਦਾਰ ਸਾਹਿਬ, ਸੁੱਖ ਵੀ ਹੈ ਔਰ ਪਰੇਸ਼ਾਨੀਆਂ ਵੀ ਹੈ, ਜ਼ਿੰਦਗੀ ਮੇਂ ਲਾਭ ਔਰ ਹਾਨੀਆਂ ਵੀ ਹੈ, ਕਿਆ ਹੁਆ ਹਮੇਂ ਕੁਛ ਈਸ਼ਵਰ ਨੇ ਗਮ ਦੇ ਦੀਏ, ਉਸਕੀ ਹਮ ਪਰ ਮਿਹਰਬਾਨੀਆਂ ਵੀ ਬਹੁਤ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ ਮਾਸਟਰ ਜੀ, ਸ਼ਸ਼ੀ ਨਰੂਲਾ, ਪੱਪੂ ਨੰਬਰਦਾਰ, ਪ੍ਰੀਤਮ ਜੀ, ਫਰੀਦਾ ਖਾਕ ਨਾ ਨਿੰਦੀਏ, ਖਾਕੋਂ ਜੇੜ ਨਾ ਕੋਏ, ਜਿਉਂਦਿਆਂ ਪੈਰਾਂ ਥੱਲੇ ਮੋਇਆ ਉੱਪਰ ਹੋ। ਆਏ ਹਾਏ ਹਾਏ, ਮਹਿਤਾ ਜੀ। ਹਾਂਜੀ ਭਾਅ ਜੀ, ਮੈਂ ਨਾਂ ਤੁਹਾਡਾ ਜਾਣ ਸਕਦਾ? ਕਾਕਾ ਮਲਹੋਤਰਾ। ਕਾਕਾ ਮਲਹੋਤਰਾ ਜੀ, ਹਾਂਜੀ ਪਹਿਲੀ ਵਾਰੀ। ਹਾਂਜੀ ਹਾਂਜੀ, ਜ਼ਰੂਰੀ ਨਹੀਂ ਕਿ ਇਨਸਾਨ ਪਿਆਰ ਕੀ ਬੂਰਤ ਹੋ, ਸੁੰਦਰ ਔਰ ਬੇਹਦ ਖੂਬਸੂਰਤ ਹੋ, ਅੱਛਾ ਤੋ ਵਹੀ ਇਨਸਾਨ ਹੋਤਾ ਹੈ ਜੋ ਤਬ ਆਪਕੇ ਸਾਥ ਹੋ ਜਬ ਆਪਕੋ ਉਸਕੀ ਜ਼ਰੂਰਤ ਹੋ। ਵਾਹ ਜੀ ਵਾਹ। ਹਾਂਜੀ ਚਾਵਲਾ ਜੀ, ਸੇਠੀ ਸਾਹਿਬ, ਰਾਮਗੜੀਆ ਜੀ, ਜੋ ਆਪ ਝੁਕਦਾ ਹੈ ਉਹ ਸਾਰੀ ਦੁਨੀਆਂ ਨੂੰ ਝੁਕਾ ਸਕਦਾ ਹੈ। ਆਏ ਹਾਏ ਹਾਏ ਹਾਏ। ਹਾਂਜੀ ਰਾਜਾ ਜੀ, ਸਮਝਦਾਰੀ ਉਹ ਨਹੀਂ ਜਦੋਂ ਇਨਸਾਨ ਵੱਡੀਆਂ ਗੱਲਾਂ ਕਰੇ, ਸਮਝਦਾਰੀ ਉਹ ਹੈ ਜਦੋਂ ਇਨਸਾਨ ਛੋਟੀਆਂ ਗੱਲਾਂ ਸਮਝਣ ਲੱਗ ਪਵੇ। ਵਾਹ ਜੀ ਵਾਹ। ਛਿੰਦਾ ਜੀ, ਸਵੇਰ ਦਾ ਨਾਸ਼ਤਾ ਇੱਕ ਰਾਜ ਦੀ ਤਰ੍ਹਾਂ,
ਦੁਪਹਿਰ ਦਾ ਭੋਜਨ ਰਾਜਕੁਮਾਰੀ ਤਰ੍ਹਾਂ ਦੇ, ਰਾਤ ਦਾ ਖਾਣਾ ਮੰਗਤੇ ਵਾਂਗ ਖਾਓ। ਵਾਹ ਜੀ ਵਾਹ, ਤੰਦਰੁਸਤੀ। ਨੀਟੀ ਜੀ, ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਮਾਸਟਰ ਜੀ। 70 ਸਾਲ ਤੋਂ ਉੱਪਰ ਦੇ ਬਜ਼ੁਰਗ ਅਤੇ 6 ਸਾਲ ਤੋਂ ਘੱਟ ਉਮਰ ਦੇ ਬੱਚੇ ਨਾਲ ਵੀ ਕੁਝ ਸਮਾਂ ਜ਼ਰੂਰ ਬਤੀਤ ਕਰੋ। ਹਾਏ ਹਾਏ ਹਾਏ। ਗਲਾਟੀ ਜੀ, ਬਾਗੀ ਜੀ, ਚਾਚਾ ਚੰਡੀਗੜ੍ਹੀਆ ਜਗਪ੍ਰੀਤ ਸਿੰਘ ਬੰਟੀ, ਗੁੱਡ ਮਾਰਨਿੰਗ। ਮੇਹਰ ਮਿੱਤਲ ਜੀ ਤਾਂ ਹੋ ਗਏ। ਲਓ ਜੀ, ਜਿੰਨਾ ਜਿੰਨਾ ਵੀਰਾਂ ਨੇ ਅੱਜ ਦੀ ਸਾਹਿਤਕ ਮਹਿਫਲ 'ਚ ਹਿੱਸਾ ਲਿਆ ਉਹਨਾਂ ਸਾਰਿਆਂ ਦਾ ਧੰਨਵਾਦ। ਵਿਸ਼ੇਸ਼ ਤੌਰ 'ਤੇ ਧੰਨਵਾਦ ਮਾਸਟਰ ਸੋਮਨਾਥ ਜੀ ਦਾ, ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫਿਰ ਤਾੜੀਆਂ ਮਾਰ ਦਿਓ। ਮੈਂ ਗੁਰਿੰਦਰ ਸਿੰਘ, ਕੋਟਕਪੂਰਾ।